ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੀ ਲੂਐਸਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਸੁਰਬੀ ਸ਼ਰਮਾ ਖਬਰਾਂ ਦੇ ਇਸ ਬੁਲੇਟਨ 'ਚ ਤੁਹਾਡਾ ਬਹੁਤ ਸਵਾਗਤ ਹੈ ਖਬਰਾਂ ਦੇ ਬੁਲੇਟਨ ਦੇ ਸਪான்ਸਰ ਨੇ ਰੀਅਲਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਕਿਰਦਨ ਅਤੇ ਵੇਚਨ ਦੇ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਪੇਸ਼ਾਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆ ਖਬਰਾਂ ਐਰਿਕ ਗਾਰਸੇਟੀ ਭਾਰਤ 'ਚ ਹੋਣਗੇ ਅਮਰੀਕੀ ਰਾਸਦੂਤ 2 ਸਾਲ ਬਾਅਦ ਪਰਿਆ ਜਾਵੇਗਾ ਉਹਦਾ ਰਵੀ ਚੋਧਰੀ ਅਮਰੀਕੀ ਹਵਾਈ ਸੇਨਾ ਦਾ ਸਹਾਇਕ ਰੱਖਿਆ ਮੰਤਰੀ ਨਿਯੁਕਤ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਕੈਨੇਡਾ ਦਾ ਬਿਆਨ ਆਇਆ ਸਾਹਮਣੇ ਫਿਰ ਵੱਧਣ ਲੱਗੇ ਕਰੋਨਾ ਦੇ ਮਾਮਲੇ ਕੇਂਦਰ ਨੇ 6 ਸੂਬਿਆਂ ਨੂੰ ਦਿੱਤੀ ਹਦਾਇਤਾਂ ਜੇਲ੍ਹ ਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਈ ਵੱਡੀ ਖਬਰ ਪੂਰੀ ਹੋਣ ਵਾਲੀ ਹੈ ਸਜ਼ਾ ਅਗਨੀ ਵਿਰਾਲੀ ਖੁਸ਼ਗਬਰੀ ਬੀਐਸਐਫ ਤੋਂ ਬਾਅਦ ਹੁਸਈਏਐਸਏ ਪ੍ਰਤੀਜਵੀ ਮਿਲੇਗਾ 10% ਦੀ ਰਾਖਵਾਂਕਰਨ ਸੀਬੀਆਈ ਵੱਲੋਂ ਸਿਸੋਧਿਆ ਖਿਲਾਫ ਇੱਕ ਹੋਰ ਕੇਸ ਦਰਜ ਪੁਲਿਸ ਦੇ ਲਾਰੇਸ ਦੇ ਗੁਰਗਿਆ ਵਿਚਕਾਰ ਮੁਕਾਬਲਾ ਤਾੜ-ਤਾੜ ਚੱਲੀਆਂ ਗੋਲੀਆਂ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਕਰੀਬੀ ਐਰੀਕ ਗਾਰਸੇਟੀ ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਹੋਣਗੇ ਸੈਨੇਟ ਨੇ ਉਹਨਾਂ ਦੀ ਨਾਮਜ਼ਦਗੀ ਦੀ ਪੁਸ਼ਟੀ ਕਰ ਦਿੱਤੀ ਹੈ ਭਾਰਤ ਚ ਕਰੀਬ 2 ਸਾਲਾਂ ਤੋਂ ਇਹ ਅਹੁਦਾ ਖਾਲੀ ਹੈ ਸੈਨੇਟ ਨੇ 42 ਦੇ ਮੁਕਾਬਲੇ 52 ਵੋਟਾਂ ਨਾਲ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਹੈ ਤਿੰਨ ਡੈਮੋਕ੍ਰੈਟਿਕ ਮੈਂਬਰਾਂ ਨੇ ਗਾਰਸੇਟੀ ਦਾ ਸਮਰਥਨ ਨਹੀਂ ਕੀਤਾ ਹਾਲਾਂਕਿ ਰਿਪਬਲਿਕਨ ਪਾਰਟੀ ਦੇ 7 ਮੈਂਬਰਾਂ ਨੇ ਸਮਰਥਨ ਕੀਤਾ ਜਿਸ ਨਾਲ ਨਾਮਜ਼ਦਗੀ ਦੀ ਪੁਸ਼ਟੀ ਸੰਭਵ ਹੋ ਗਈ ਅਮਰੀਕਾ ਦੇ ਸੈਨੇਟ ਨੇ ਹਵਾਈ ਸੈਨਾ ਦੇ ਸਹਾਇਕ ਰੱਖਿਆ ਮੰਤਰੀ ਦੇ ਅਹੁਦੇ ਲਈ ਭਾਰਤੀ ਅਮਰੀਕੀ ਇੰਜੀਨੀਅਰ ਰਵੀ ਚੋਧਰੀ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ। ਇਹ ਹੁਦਾਂ ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਦੇ ਸਿਖਰਲੇ ਅਹੁਦਿਆਂ ਚੋਂ ਇੱਕ ਹੈ। ਸੈਨੇਟ ਨੇ ਬੀਤੇ ਦਿਨ 19 ਮੁਕਾਬਲੇ 65 ਵੋਟਾਂ ਨਾਲ ਸਾਬਕਾ ਹਵਾਈ ਸੈਨਾ ਅਧਿਕਾਰੀ ਰਵੀ ਚੋਧਰੀ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ। ਇਨ੍ਹਾਂ 65 ਵੋਟਾਂ 'ਚ ਵਿਰੋਧੀ ਧਿਰ ਰਿਪਬਲਿਕਨ ਪਾਰਟੀ ਦੀਆਂ 12 ਤੋਂ ਵੱਧ ਵੋਟਾਂ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਰਵੀ ਚੋਧਰੀ ਇਸ ਤੋਂ ਪਹਿਲਾਂ ਅਮਰੀਕੀ ਟ੍ਰਾਂਸਪੋਰਟ ਵਿਭਾਗ ਟ੍ਰਿਕ ਸੀਨੀ ਦੇ ਚੁਕੇ ਹਨ ਜਿੱਥੇ ਉਹ ਫੈਡਰਲ ਹਵਾ ਬਾਜੀ ਪ੍ਰਸ਼ਾਸਨ ਚ ਆਫਿਸ ਆਫ ਕਮਰਸ਼ੀਅਲ ਸਪੇਸ ਦੇ ਐਡਵਾਂਸਡ ਪ੍ਰੋਗਰਾਮਸ ਐਂਡ ਇਨੋਵੇਸ਼ਨ ਦੇ ਡਾਇਰੈਕਟੋਰੇਟ ਸਨ ਅਮਰੀਕੀ ਵਾਈਸੀਨਾ ਚ 1993 ਤੋਂ 2015 ਤੱਕ ਆਪਣੇ ਸੇਵਾ ਕਾਲ ਦੌਰਾਨ ਰਵੀ ਚੋਦਰੀ ਨੇ ਕਈ ਮੁਹਮਮੇ ਮੁਕੰਮਲ ਕੀਤੀਆਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਨਾਲ ਸੰਬੰਧਿਤ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਵੀਜ਼ਾ ਦਸਤਾਵੇਜ਼ ਫਰਜ਼ੀ ਨਿਕਲੇ ਹਨ ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਲਗਭਗ 700 ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖਤਰਾ ਸੀ ਸੀਬੀਐਸਏ ਨੇ ਅਜਿਹੀ ਰਿਪੋਰਟਾਂ ਦੀ ਸੱਚਾਈ ਨੂੰ ਨਕਾਰਿਆ CBSA ਦੀ ਬੁਲਾਰਾਲਰ ਮਾਰੀਆ ਲਾਡਰੋਸ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਇਮੀਗ੍ਰੇਸ਼ਨ ਜਾਣਕਾਰੀ ਨੂੰ ਨਿੱਜੀ ਮੰਨਿਆ ਜਾਂਦਾ ਹੈ ਅਤੇ ਪ੍ਰਾਈਵੇਸੀ ਐਕਟ ਦੁਆਰਾ ਇਸ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਖਾਸ ਕੇਸਾਂ ਜਾਂ ਵਿਅਕਤੀਆਂ ਬਾਰੇ CBSA ਕੀ ਕਹਿ ਸਕਦਾ ਹੈ ਜਾਂ ਕੀ ਨਹੀਂ ਕਹਿ ਸਕਦਾ ਹੈ ਇਸ ਬਾਰੇ ਬਹੁਤ ਸਖਤ ਮਾਪਦੰਡ ਹਨ। ਜਿਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਮਿਲੇ ਸਨ ਉਹਨਾਂ ਨੇ ਕਿਹਾ ਕਿ ਸਹੀ ਗਿਣਤੀ ਕਿਸੇ ਨੂੰ ਨਹੀਂ ਪਤਾ। ਅੰਮ੍ਰਿਤਸਰ ਦਾ ਇੱਕ ਵਕੀਲ ਸੁਨੀਕ ਜੋ ਕਿ 2019 ਦੇ ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਪ੍ਰਵਾਸ ਕਰ ਗਿਆ ਅਸੀਂ ਇਹ ਦੱਸਿਆ ਕਿ ਅਸੀਂ ਪ੍ਰਭਾਵਿਤ ਵਿਦਿਆਰਥੀਆਂ ਦਾ ਇੱਕ WhatsApp ਗਰੁੱਪ ਬਣਾਇਆ ਹੈ ਜਿਸ ਵਿੱਚ ਸਿਰਫ 70 ਵਿਦਿਆਰਥੀ ਹੀ ਇਸ ਗਰੁੱਪ ਦੇ ਮੈਂਬਰ ਹਨ ਹਾਲਾਂਕਿ ਇਹ ਗਿਣਤੀ ਜ਼ਿਆਦਾ ਹੋ ਸਕਦੀ ਹੈ ਪਰ 700 ਵਿਦਿਆਰਥੀਆਂ ਨਾਲ ਸੰਬੰਧਿਤ ਕੋਈ ਡਾਟਾ ਨਹੀਂ ਹੈ ਕेंद्रीय ਸਰਕਾਰ ਨੇ ਕੋਵਿਡ-19 ਦੇ ਸੰਭਾਵੀ ਸਥਾਨਕ ਪ੍ਰਸਾਰ ਦਾ ਹਵਾਲਾ ਦਿੰਦਿਆਂ ਮਾਮਲਿਆਂ ਨੂੰ ਵਧਣ ਤੋਂ ਰੋਕਣ ਲਈ ਵੀਰਵਾਰ ਨੂੰ 6 ਸੂਬਿਆਂ ਮਹਾਰਾਸ਼ਟਰ, ਗੁਜਰਾਤ, ਤੇਲੰਗਨਾ, ਤਾਮਿਲਨਾਡੂ, ਕੇਰਲ ਤੇ ਕਰਨਾਟਕ ਦੇ ਖਤਰੇ ਨੂੰ ਬਾਂਪਦੇ ਹੋਏ ਉਸ ਮੁਤਾਬਕ ਰੁਖ ਅਖਤਿਆਰ ਕਰਨ ਨੂੰ ਕਿਹਾ। ਕੇਂਦਰੀ ਸਿਹਤ ਕਥਾ ਰਾਜੇਸ਼ ਪੂਸ਼ਕਰ ਨੇ ਇਨ੍ਹਾਂ ਨੂੰ ਸੂਬਿਆਂ ਨੂੰ ਲਿਖੇ ਇੱਕ ਪੱਤਰ ਦੇ ਵਿੱਚ ਕਿਹਾ ਕੁਝ ਸੂਬੇ ਹਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਮਾਮਲੇ ਆ ਰਹੇ ਹਨ ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਵਾਇਰਸ ਦਾ ਸੰਭਾਵੀ ਸਥਾਨਕ ਪ੍ਰਸਾਰ ਹੋ ਰਿਹਾ ਹੈ ਇਨ੍ਹਾਂ ਸੂਬਿਆਂ ਨੂੰ ਛੋਟੇ ਪੱਧਰ ਤੇ ਕੋਵਿਡ-19 ਦੀ ਸਥਿਤੀ ਦਾ ਨਿਰਖਣ ਕਰਨ ਅਤੇ ਬਿਮਾਰੀ ਦੀ ਫੋਰੀ ਤੇ ਪ੍ਰਭਾਵੀ ਪ੍ਰਬੰਧ ਲਈ ਲੋੜਿੰਦੇ ਹਿल्ल्या ਨੂੰ ਲਾਗੂ ਕਰਨ ਸਿਹਤ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਦਾ ਪ੍ਰਭਾਵੀ ਰੂਪ ਨਾਲ ਪਾਲਨ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਉਹਨਾਂ ਨੇ ਸੂਬਿਆਂ ਸਥਿਤੀ 'ਤੇ ਤਿੱਖੀ ਨਜ਼ਰ ਰੱਖਣ ਦੀ ਸਲਾਹ ਦਿੰਦੇ ਆ ਕਿਹਾ ਕਿ ਭਾਰਤ ਦੇ ਵਿੱਚ ਪਿਛਲੇ ਕੁਝ ਮਹੀਨਿਆਂ 'ਚ ਕਰੋਨਾ ਵਾਇਰਸ ਦੇ ਮਾਮਲਿਆਂ 'ਚ ਕਾਫੀ ਕਮੀ ਆਈ ਹੈ ਪਰ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਦੇਸ਼ ਦੇ ਕੁਝ ਹਿੱਸਿਆਂ ਵਿੱਚ ਕੋਵਿਡ-19 ਦੇ ਮਾਮਲੇ ਵੱਧਦੇ ਹਨ ਤੇ 8 ਮਾਰਚ ਤੱਕ ਇੱਕ ਹਫ਼ਤੇ ਦੇ ਵਿੱਚ ਕੁੱਲ 2082 ਮਾਮਲੇ ਦਰਜ ਕੀਤੇ ਗਏ ਹਨ ਅਤੇ 15 ਮਾਰਚ ਤੱਕ ਇਹ ਮਾਮਲੇ ਵੱਧ ਕੇ 3264 ਹੋ ਗਏ ਹਨ ਕੇਂਦਰੀ ਜੇਲ ਪਟਿਆਲਾ ਦੇ ਰੋਡਵੇਜ਼ ਮਾਮਲੇ 'ਚ سزا ਘੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਨਵਜੋਤ ਸਿੱਧੂ 1 ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਦਰਅਸਲ ਨਵਜੋਤ ਸਿੱਧੂ ਨੂੰ 19 ਮਈ 2022 ਨੂੰ ਸੁਪਰੀਮ ਕੋਰਟ ਨੇ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਲਿਹਾਜ਼ ਨਾਲ ਉਹਨਾਂ ਨੂੰ 18 ਮਈ ਤੱਕ ਜੇਲ੍ਹ 'ਚ ਰਹਿਣਾ ਪੈਣਾ ਸੀ। ਤੁਹਾਨੂੰ ਦੱਸ ਦਈਏ ਕਿ ਜੇਲ੍ਹ ਦੇ ਨੀਮਾ ਮੁਤਾਬਕ ਕੈਦੀਆਂ ਨੂੰ 1 ਮਹੀਨੇ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਨਵਜੋਤ ਸਿੱਧੂ ਨੇ ਇਸ ਦੌਰਾਨ 1 ਦਿਨ ਵੀ ਛੁੱਟੀ ਨਹੀਂ ਲਈ। ਇਸ ਦੇ ਲਿਹਾਜ਼ ਨਾਲ ਉਹਨਾਂ ਦੀ ਸਜ਼ਾ 48 ਦਿਨ ਪਹਿਲਾਂ ਮਾਰਚ ਦੇ ਅਖੀਰ ਤੱਕ ਪੂਰੀ ਹੋ ਜਾਵੇਗੀ ਅਤੇ ਉਹ 1 ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਤੇ ਹਨ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 26 ਜਨਵਰੀ ਨੂੰ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਕਰਨ ਦੀ ਕਾਫੀ ਚਰਚਾ ਛਿੜੀ ਸੀ ਪਰ ਇਸ ਦੀ ਸੂਬਾ ਸਰਕਾਰ ਤੋਂ ਮਨਜ਼ੂਰੀ ਨਹੀਂ ਮਿਲੀ ਸੀ ਜਿਸ ਕਾਰਨ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ ਅਗਨੀ ਵਿਰਾਲੇ ਲਈ ਖੁਸ਼ਖਬਰੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਯਾਨੀ ਕਿ ਸੀਆਈਐਸਐਫ ਵਿੱਚ ਖਾਲੀ ਅਸਾਮੀਆਂ 'ਚ ਸਾਬਕਾ ਅਗਨੀ ਵਿਰਾਲੇ ਲਈ 10% ਦੀ ਰਾਖਵਾਂਕਰਨ ਦਾ ਐਲਾਨ ਕੀਤਾ ਗਿਆ ਮੰਤਰਾਲੇ ਨੇ ਇੱਕ ਹਫਤਾ ਪਹਿਲਾਂ ਸੇਵਾ ਸੁਰੱਖਿਆ ਬਲ ਵਿੱਚ ਉਹਨਾਂ ਲਈ ਅਜੇਹਾ ਹੀ ਕਦਮ ਚੁੱਕਿਆ ਸੀ ਕੇਂਦਰੀ ਐਕਟ 1968 ਤਹਿਤ ਬਣਾਏ ਗਏ ਨਿਯਮਾਂ 'ਚ ਸੋਧ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਮੰਤਰਾਲੇ ਨੇ ਵੱਧ ਉਮਰ ਸੀਮਾ 'ਚ ਛੋਟ ਦੇਣ ਦੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਜੋ ਇਸ ਤੇ ਨਿਰਭਰ ਕਰੇਗੀ ਕਿ ਉਹ ਅਗਨੀ ਵਿਰਾਲੇ ਇਹ ਪਹਿਲੇ ਬੈਚ ਨਾਲ ਸੰਬੰਧਿਤ ਹੈ ਜਬ ਬਾਅਦ ਦੇ ਬੈਚ ਨਾਲ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਸਾਫ ਕਗਨੀ ਵੀਰਾ ਨੂੰ ਸਰੀਰਕ ਕੁਸ਼ਲਤਾ ਟੈਸਟ ਚ ਵਿਛੋਟ ਦਿੱਤੀ ਜਾਵੇਗੀ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਬੀਐਸਐਫ ਚ ਸਾਬਕਾ ਅਗਨੀ ਵੀਰਾਂ ਦੀ ਵਰਤੀ ਲਈ 10% ਦੀ ਰਾਖਵਾਂਕਰਨ ਦਾ ਐਲਾਨ ਕੀਤਾ ਸੀ ਬੀਐਸਐਫ ਚ ਜਵਾਨਾਂ ਦੇ ਭਰਤੀ ਚ 10% ਦਾ ਹਿੱਸਾ ਅਗਨੀ ਵੀਰਾਂ ਦਾ ਹੋਵੇਗਾ ਪਹਿਲੇ ਬੈਚ ਦੇ ਸਾਬਕਾ ਅਗਨੀ ਵੀਰਾਂ ਨੂੰ ਵੱਧ ਉਮਰ ਸੀਮਾ ਚ ਵੀ 5 ਸਾਲਾਂ ਦੀ ਛੋਟ ਦਿੱਤੀ ਜਾਵੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਇਸ ਦਾ ਐਲਾਨ ਕੀਤਾ ਹੈ ਗ੍ਰਹਿ ਮੰਤਰਾਲੇ ਵੱਲੋਂ 6 ਮਾਰਚ ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਚ ਕਿਹਾ ਗਿਆ ਕਿ ਬੀਐਸਐਫ ਚ ਅਸਾਮੀਆਂ ਦਾ 10% ਦੀ ਕੋਟਾ ਅਗਨੀ ਵੀਰਾਂ ਲਈ ਰਾਖਵਾਂ ਹੋਵੇਗਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ सिसोदिया ਨੂੰ ਲੰਬੇ ਸਮੇਂ ਤੱਕ ਜੇਲ੍ਹ 'ਚ ਰੱਖਣ ਲਈ ਉਹਨਾਂ ਖਿਲਾਫ ਕਈ ਝੂਠੇ ਕੇਸ ਚਲਾਉਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਨੇ ਟਵੀਟ ਕੀਤਾ ਪ੍ਰਧਾਨ ਮੰਤਰੀ ਦੀ ਯੋਜਨਾ ਮਨੀਸ਼ ਸ਼੍ਰੀ ਖਿਲਾਫ ਕਈ ਝੂਠੇ ਕੇਸ ਚਲਾਉਣ ਤੇ ਉਹਨਾਂ ਨੂੰ ਲੰਮਾ ਸਮਾਂ ਹਿਰਾਸਤ ਦੇ ਵਿੱਚ ਰੱਖਣ ਦੀ ਹੈ ਪੰਜਾਬ ਰਾਜਸਥਾਨ ਸਰਦ ਨੇੜੇ ਸਾਧੂ ਵਾਲੀ ਵਿਕੇ ਪੁਲਿਸ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੀਆਂ ਦਰਮਿਆਨ ਮੁਕਾਬਲਾ ਹੋ ਗਿਆ ਇਸ ਦੌਰਾਨ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇੱਕ ਦੋਸ਼ੀ ਦੇ ਪੈਰ 'ਚ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਗੰਗਾ ਨਗਰ ਦੇ ਇੱਕ ਕਾਰੋਬਾਰੀ ਤੋਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਂ ਤੇ ਪ੍ਰਤੀ ਮੰਗੀ ਗਈ ਸੀ ਇਸ ਮਾਮਲੇ 'ਚ ਰਾਜਸਥਾਨ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਬੀਤੀ ਰਾਤ ਲਾਰਸ ਬਿਸ਼ਨੋਏ ਗਰੁੱਪ ਦੇ ਲੋਕਾਂ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਰਾਜਸਥਾਨ ਪੁਲਿਸ ਪੰਜਾਬ 'ਚ ਦਾਖਲ ਹੋ ਗਈ ਅਤੇ ਪੁਲਿਸ ਨੂੰ ਪਤਾ ਲੱਗਾ ਕਿ ਕੀ ਦੋਸ਼ੀ ਪੰਜਾਬ ਤੋਂ ਸ਼੍ਰੀ ਗੰਗਾ ਨਗਰ ਗਏ ਹੋਏ ਹਨ ਤਾਂ ਪੁਲਿਸ ਜਿਵੇਂ ਹੀ ਪੰਜਾਬ ਤੋਂ ਸ਼੍ਰੀ ਗੰਗਾ ਨਗਰ ਵੱਲ ਵਾਪਸ ਮੁੜੀ ਤਾਂ ਪੰਜਾਬ ਰਾਜਸਥਾਨ ਸਰਹੱਦ ਦੇ ਨੇੜੇ ਸਾਧੂ ਵਾਲੀ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਦੋਸ਼ੀ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਇਸੇ ਬਾਅਦ ਦੋਸ਼ੀਆਂ ਨੇ ਪੁਲਿਸ ਤੇ ਗੋਲੀਆਂ ਵੀ ਚਲਾ ਦਿੱਤੀਆਂ ਜਿਸ ਸੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਦੋਹਾਂ ਪਾਸਿਓ ਤਾੜ-ਤਾੜ ਗੋਲੀਆਂ ਚੱਲਣ ਲੱਗੀਆਂ ਇਸ ਦੌਰਾਨ ਇੱਕ ਦੋਸ਼ੀ ਦੇ ਪੈਰ ਦੇ ਵਿੱਚ ਗੋਲੀ ਵੀ ਲੱਗ ਗਈ ਅਤੇ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਮੁਕੱਦਮਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਦੋਸ਼ੀ ਮੁਕਾਬਲੇ ਦੌਰਾਨ ਜ਼ਖਮੀ ਹੋਇਆ ਹੈ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਬੀਤੀ ਦਿਨੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਆਸ਼ਮੁਕਾਮ ਇਲਾਕੇ 'ਚ ਹਜਰਤ ਜੈਨ ਉਦੀਨ ਰੇਸ਼ੀ ਦੀ ਦਰਗਾਹ ਤੇ ਮੱਥਾ ਟੇਕਿਆ। ਇਸ ਦੌਰਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਸੋ ਆਖ ਰਹੇ ਹਨ ਕਿ ਮੈਂ ਇੱਥੇ ਸ਼ੂਟਿੰਗ ਲਈ ਆਇਆ ਸੀ। ਇੱਥੇ ਅਸੀਂ ਕਾਫੀ ਸ਼ੂਟਿੰਗ ਕਰਨੀ ਹੈ। ਮੈਂ ਭਾਰਤ ਦੇ ਕਸ਼ਮੀਰ ਲਈ ਦੁਆ ਮੰਗੀ ਹੈ। ਦੱਸ ਦिए ਕਿ ਸਿਵਲ ਸੁਸਾਇਟੀ ਅਤੇ ਵਕਫ ਬੋਰਡ ਦੇ ਮੈਂਬਰਾਂ ਨੇ ਧਾਰਮਿਕ ਸਾਂਤ ਤੇ ਸੰਜੇ ਦੱਤ ਦਾ ਨਿੱਘਾ ਸਵਾਗਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸੰਜੇ ਦੱਤ ਨੇ ਕਿਹਾ ਕਿ ਮ ਕਰਦਾ ਹਾਂ ਕਿ ਕਸ਼ਮੀਰ ਅਤੇ ਦੇਸ਼ ਦੇ ਬਾਕੀ ਹਿੱਸਿਆਂ 'ਚ ਹਾਲਾਤ ਠੀਕ ਹੋਣ ਮੈਂ ਅਰਦਾਸ ਕੀਤੀ ਹੈ ਕਿ ਇੱਥੇ ਦੀ ਸ਼ੂਟਿੰਗ ਜ਼ਿਆਦਾ ਹੋਵੇ ਅਤੇ ਜ਼ਿਆਦਾ ਸੈਲਾਨੀ ਇਸ ਸਥਾਨ ਤੇ ਆਉਣ ਦੱਸਣਯੋਗ ਹੈ ਕਿ ਬਾਲੀਵੁੱਡ ਦੇ ਦਬੰਕ ਕਾਨ ਸਰਮਾਨ ਖਾਨ ਅਦਨਾਨ ਸਾਮੀ ਅਤੇ ਨਵਾਜੁਦੀਨ ਸਿਦਕੀ ਦੀ ਮਸ਼ਹੂਰ ਕਵਾਲੀ ਬਰਦਜੋਲੀ ਮੇਰੀ ਨੂੰ ਦਰਗਾਹ ਤੇ ਫਿਲਮਾਇਆ ਗਿਆ ਸੀ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਵੀਰਵਾਰ ਨੂੰ ਅਰਨਾਚਲ ਪ੍ਰਦੇਸ਼ ਦੇ ਬੋਮਡੇਲਾ ਖੇਤਰ 'ਚ ਹਾ사ਗ੍ਰਸ ਹੋ ਗਿਆ ਜਿਸ 'ਚ ਬਦਕਿਸਮਤੀ ਨਾਲ ਦੋਵਾਂ ਪਾਇਲਟਾਂ ਦੀ ਮੌਤ ਹੋ ਗਈ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਜਿੰਨਾ ਪਾਇਲਟਾਂ ਦੀ ਮੌਤ ਹੋਈ ਹੈ ਉਹਨਾਂ ਦੀ ਪਛਾਣ ਲੈਫਟੀਨੈਂਟ ਕਰਨਲ ਵੀਵੀਬੀ ਰੈਡੀ ਅਤੇ ਮੇਜਰ ਏ ਜੰਤਵੱਜ ਹੋਈ ਹੈ ਉਹਨਾਂ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਚੀਤਾ ਹੈਲੀਕਾਪਟਰ ਨੇ ਸਵੇਰੇ ਅਰਨਾਚਲ ਪ੍ਰਦੇਸ਼ ਦੇ ਬੋਮਡੇਲਾ ਤੋਂ ਉਡਾਨ ਭਰੀ ਸੀ ਅਤੇ ਸਵੇਰੇ 9:30 ਵਜੇ 에어 ਕੰਟਰੋਲ ਰੂਮ ਦਾ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਫੌਜ, ਸ਼ਸਤਰ ਸੀਮਾ ਬਲ ਅਤੇ ਇੰਡੋਰ ਤਿੱਬਤਨ ਬਾਰਡਰ ਪੁਲਿਸ ਫੋਰਸ ਦੀਆਂ ਟੀਮਾਂ ਨੂੰ ਸਰਚ ਮੁਹਿੰਮ 'ਚ ਲਗਾਇਆ ਗਿਆ। ਹੈਲੀਕਾਪਟਰ ਦਾ ਮਲਬਾ ਮੰਡਲਾ ਦੇ ਪੂਰਬ ਵਿੱਚ ਬੰਗਲਾ ਜਾਪ ਪਿੰਡ ਨੇੜੇ ਮਿਲਿਆ। ਹਾਣਸੀ ਪੁਲਿਸ ਨੇ ਸੀਲਿੰਗ ਅਭਿਆਨ ਦੇ ਹਿੱਸੇ ਵਜੋਂ ਵੀਰਵਾਰ ਨੂੰ ਇੱਕ ਸੂਬਾ ਪੱਧਰੀ ਕਬੱਡੀ ਖਿਡਾਰੀ ਨੂੰ 500 ਇੰਜੈਕਟੇਬਲ ਡਰੱਗਸ ਸਮੇਤ ਗ੍ਰਿਫਤਾਰ ਕੀਤਾ। ਖਿਡਾਰੀ ਦੀ ਪਛਾਣ ਰੋहतक ਦੇ ਮਦੀਨਾ ਪਿੰਡ ਦੇ ਰਹਿਣ ਵਾਲੇ ਅਜੇ ਵਜੋਂ ਹੋਈ ਹੈ। ਖਿਡਾਰੀ ਨੂੰ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਖਿਡਾਰੀ ਆਪਣੇ ਕਾਰਜ ਨਸ਼ੀਲੇ ਟੀਕੇ ਦਾ ਡੱਬਾ ਪਰ ਕੇ ਪੰਜਾਬ ਦੇ ਅੰਮ੍ਰਿਤਸਰ ਜਾ ਰਿਹਾ ਸੀ। ਪੁਲਿਸ ਪੁਸ਼ਕੀਸ਼ ਜੀ ਅਜੇ ਨੇ ਦੱਸਿਆ ਕਿ ਉਸਨੇ ਏਟੀਕੇ ਅਮ੍ਰਿਤਸਰ ਚ ਹੋਣ ਵਾਲੀ ਕਬੱਡੀ ਟੂਰਨਾਮੈਂਟ ਸਪਲਾਈ ਕਰਨੇ ਸੀ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਖਿਡਾਰੀ ਨਸ਼ੇ ਦੇ ਟੀਕੇ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨ ਜਾ ਰਿਹਾ ਸੀ ਪੁਲਿਸ ਦੀ ਟੀਮ ਰਾਹੀ ਮੁੱਖ ਸਪਲਾਈਅਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਹਾਂਸੀ ਪੁਲਿਸ ਨੇ ਏਡੀਜੀਪੀ ਸ਼ਿਗਿਰਸ਼ੀकांत ਜਾਦਵ ਦੇ ਆਦੇਸ਼ਾਂ ਤੇ ਸੀਲਿੰਗ ਅਭਿਆਨ ਚਲਾਇਆ ਸੀ ਇਸ ਮੁਹਿੰਮ ਤਹਿਤ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾਰੀ ਹੈ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਰੋਹਤਕ ਤੋ ਆ ਰਹੇ ਇੱਕ ਵਾਹਨ ਵਿੱਚ ਨਸ਼ੀਲੇ ਪਦਾਰਥ ਆ ਰਹੇ ਹਨ ਜਿਸ ਤੇ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਨੇ ਹਾਂਸੀ ਦਾਤਾ ਰੋਡ ਦੇ ਜੰਗਾ ਵੱਡਾ ਮਾਈਨਰ ਪੁਲ ਤੇ ਸ਼ੱਕ ਦੇ ਆਧਾਰ ਤੇ ਵਾਹਨ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ ਤਲਾਸ਼ੀ ਦੌਰਾਨ ਮੁਲਜ਼ਮ ਦੇ ਕਬਜ਼ੇ ਤੋਂ 500 ਨਸ਼ੀਲੇ ਟਕੇ ਬਰਾਮਦ ਕੀਤੇ ਗਏ ਬਟਿੰਡਾ ਜੇਲ੍ਹ ਤੋਂ ਬੰਦ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਇੱਕ ਟੀਵੀ ਚੈਨਲ ਤੇ ਫੋਨ ਕਾਲ ਆਧਾਰਿਤ ਇੰਟਰਵਿਊ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਕਿਹਾ ਕਿ ਲੋਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਬਟਿੰਡਾ ਜੇਲ੍ਹ ਤੋਂ ਰਿਕਾਰਡ ਨਹੀਂ ਕੀਤਾ ਗਿਆ। ਲੋਰੈਂਸ ਨੂੰ ਲੰਬੀ ਲੜਾਈ ਤੋਂ ਬਾਅਦ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਉਸ ਦਾ ਇੰਟਰਵਿਊ ਕੁਝ ਸਮਾਂ ਪੁਰਾਣਾ ਹੈ। ਉਹਨਾਂ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਦਾ ਲੋਰੈਂਸ ਦਾ ਰਿਮਾਂਡ 8 ਮਾਰਚ ਨੂੰ ਖਤਮ ਹੋਣ ਮਗਰੋਂ ਉਸ ਨੂੰ ਬਟਿੰਡਾ ਲਿਆਂਦਾ ਗਿਆ ਸੀ। 9 ਮਾਰਚ ਨੂੰ ਸੂਤਰਲ ਵੰਡੀ ਸਾਹਬੋ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਲਾਰੈਂਸ ਨੂੰ 10 ਮਾਰਚ ਨੂੰ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਡੀਜੀਪੀ ਨੇ ਦੱਸਿਆ ਕਿ ਲਾਰੈਂਸ ਦਾ ਉਕਤ ਇੰਟਰਵਿਊ ਪੁਰਾਣਾ ਲੱਗ ਰਿਹਾ ਹੈ ਉਹਨਾਂ ਨੇ ਕਿਹਾ ਕਿ ਬਠਿੰਡਾ ਜੇਲ੍ਹ ਹਾਈ ਸਿਕਿਉਰਿਟੀ ਜ਼ੋਨ ਚ ਹੈ ਅਤੇ ਇੱਥੇ 24 ਘੰਟੇ ਪੁਲਿਸ ਦੀ ਸਖਤ ਨਿਗਰਾਨੀ ਹੁੰਦੀ ਹੈ ਇੱਥੇ ਜੰਮਰ ਲੱਗੇ ਹੋਣ ਕਾਰਨ ਮੋਬਾਈਲ ਅਤੇ ਟੈਲੀਫੋਨ ਕੰਮ ਨਹੀਂ ਕਰਦੇ। ਪਟੰਨਾ ਸੁਰੱਖਿਅਤ ਜੇਲ੍ਹ ਹੋਣ ਕਾਰਨ ਹੀ ਦੂਜੇ ਜੇਲਾ ਤੋਂ ਵੱਡੇ ਅਪਰਾਧੀਆਂ ਅਤੇ ਕੈਦੀਆਂ ਨੂੰ ਇੱਥੇ ਭੇਜਿਆ ਜਾਂਦਾ ਹੈ। ਅਤੇ ਇੱਥੇ ਹਰੇਕ ਸੈਲ 'ਚ ਸਿਰਫ ਇੱਕ ਮੁਲਜ਼ਮੀ ਰੱਖਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਸਟਾਫ ਵੱਲੋਂ ਦਿਨ 'ਚ 3-4 ਵਾਰੀ ਚੈਕਿੰਗ ਕੀਤੀ ਜਾਂਦੀ ਹੈ। ਕੀ ਕੀਤੀ ਉਹ ਮੋਬਾਈਲ ਸਿਗਨਲ ਤਾਂ ਨਹੀਂ ਆ ਰਹੇ ਇਸ ਤੋਂ ਇਲਾਵਾ ਹਰ ਪਾਸੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਅਜੇ ਤੱਕ ਜਿੰਨੀਆਂ ਵੀ ਸਰਚਾਂ ਹੋਈਆਂ ਹਨ ਉਹਨਾਂ ਚ ਕਦੇ ਵੀ ਬਠਿੰਡਾ ਜੇਲ੍ਹ ਚ ਕੋਈ ਮੋਬਾਈਲ ਬਰਾਮਦ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇੰਟਰਵਿਊ ਦੌਰਾਨ ਲਾਰੈਂਸ ਦਾ ਜੋ ਹੁਲੀਆ ਦਿਖਾਇਆ ਗਿਆ ਹੈ ਉਸ 'ਚ ਲਾਰੈਂਸ ਦੀ ਦਾੜ੍ਹੀ ਅਤੇ ਮੁੱਛਾਂ ਲੰਬੀਆਂ ਹਨ ਅਤੇ ਵੱਡੀਆਂ ਹਨ ਪਰ ਉਸ ਦੀਆਂ ਹੁਣ ਦੀ ਹੋਈ ਪੇਸ਼ੀ ਦੀਆਂ ਜੋ ਤਸਵੀਰਾਂ ਹਨ ਉਹਨਾਂ 'ਚ ਲਾਰੈਂਸ ਦੇ ਵਾਲ ਛੋਟੇ ਹਨ ਇੰਟਰਵਿਊ ਦੌਰਾਨ ਜਿਹੜੀ ਪੀਲੇ ਰੰਗ ਦੀ ਟੀ-ਸ਼ਰਟ ਦਿਖਾਈ ਗਈ ਹੈ ਉਹ ਵੀ ਲਾਰੈਂਸ ਕੋਲੋ ਬਠਿੰਡਾ ਜੇਲ੍ਹ ਤੋਂ ਬਰਾਮਦ ਨਹੀਂ ਹੋਈ ਉਹਨਾਂ ਨੇ ਦੱਸਿਆ ਕਿ ਇੰਟਰਵਿਊ 'ਚ ਕੁਆਲਿਟੀ ਸਟੂਡੀਓ ਲੈਵਲ ਦੀ ਹੈ ਅਤੇ ਜੇਲ੍ਹ 'ਚ ਇਸ ਤਰ੍ਹਾਂ ਦੀ ਰਿਕਾਰਡਿੰਗ ਕਰਨਾ ਅਸੰਭਵ ਹੈ ਇੰਟਰਵਿਊ 'ਚ ਤਾਜ਼ੀ ਘਟਨਾਵਾਂ ਦਾ ਕੋਈ ਜ਼ਿਕਰ ਨਹੀਂ ਹੈ ਜਿਸ ਤੋਂ ਲੱਗਦਾ ਹੈ ਕਿ ਇਹ ਇੰਟਰਵਿਊ ਗਾਨਾ ਹੈ ਇੰਟਰਵਿਊ ਤੋਂ ਬਾਅਦ ਕਿਸੇ ਦੂਜੀ ਜੇਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਮਹਾਰਾਸ਼ਟਰ ਦੇ ਪੁਰਨੇ ਚ ਘਰ ਦੇ ਬਾਹਰ ਬਣਿਆ ਪਾਲਤੂ ਕੁੱਤਾ ਤਿੰਦੂਏ ਦਾ ਸ਼ਿਕਾਰ ਹੋ ਗਿਆ ਇਹ ਘਟਨਾ ਮੰਗਲਵਾਰ ਰਾਤ ਹਿੰਜਵਾੜੀ ਆਈਟੀ ਪਾਰਕ ਨੇੜੇ ਵਾਪਰੀ ਇਸ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ ਵੀਡੀਓ ਜੇ ਦੇਖਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਇੱਕ ਕੁੱਤਾ ਸੋ ਰਿਹਾ ਸੀ ਅਚਾਨਕ ਚੀਤਾ ਆ ਗਿਆ ਉਸ ਨੇ ਘਰ ਦੇ ਆਲੇ ਦੁਆਲੇ ਦੇਖਿਆ ਕਿ ਕੋਈ ਉਸ ਨੂੰ ਦੇਖ ਰਿਹਾ ਹੈ ਜਾਂ ਨਹੀਂ ਫਿਰ ਹੌਲੀ-ਹੌਲੀ ਕੁੱਤੇ ਕੋਲ ਆਇਆ ਅਤੇ ਉਸ ਨੂੰ ਚਪਟ ਲਿਆ कुत्ते ਅਤੇ ਚੀਤੇ ਵਿਚਕਾਰ ਚੜ੍ਹਪ ਹੋ ਗਈ ਇਸ ਦੌਰਾਨ ਕੁੱਤੇ ਨੇ ਵੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਚੀਤੇ ਨੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਇਸ ਤੋਂ ਬਾਅਦ ਚੀਤੇ ਨੇ ਬੰਨੇ ਹੋਏ ਕੁੱਤੇ ਨੂੰ ਖਿੱਚ ਲਿਆ ਜਿਸ ਨਾਲ ਕੁੱਤੇ ਦੀ ਚੇਨ ਟੁੱਟ ਗਈ ਅਤੇ ਫਿਰ ਕੁੱਤੇ ਨੂੰ ਉੱਥੋਂ ਲੈ ਗਿਆ ਮੀਡੀਆ ਰਿਪੋਰਟਾਂ ਮੁਤਾਬਕ ਪਾਲਤੂ ਕੁੱਤਾ ਹਿੰਜਵਾੜੀ ਆਈਟੀ ਪਾਰਕ ਨੇੜੇ ਨੇਰੇ ਪਿੰਡ ਦੇ ਰਹਿਣ ਵਾਲੇ ਸੰਭਾਜੀ ਜਾਦਵ ਦਾ ਸੀ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਚੀਤੇ ਦੇ ਹਮਲੇ ਲਗਾਤਾਰ ਹੁੰਦੇ ਰਹਿੰਦੇ ਹਨ ਵਾਰ-ਵਾਰ ਸ਼ਿਕਾਰਤਾ ਕਰਨ ਦੇ ਬਾਵਜੂਦ ਜੰਗਲਾਤ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ ਮੋਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 30 ਸਾਲ ਪੁਰਾਣੇ ਇੱਕ ਅਗਵਾ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਪੰਜਾਬ ਪੁਲਿਸ ਦੀ ਤਤਕਾਲੀ ਇੰਸਪੈਕਟਰ ਸੁਪਾ ਸਿੰਘ ਅਤੇ ਉਸ ਨਾਲ ਗਨਮੈਨ ਰਹੇ ਚਿਰਮਲ ਸਿੰਘ ਨੂੰ ਸਜ਼ਾ ਸੁਣਾਈ ਹੈ ਜਾਣਕਾਰੀ ਅਨੁਸਾਰ ਬੈਂਕ ਮੁਲਾਜ਼ਮ ਕੁਲਦੀਪ ਸਿੰਘ ਲਗਭਗ 30 ਸਾਲ ਪਹਿਲਾਂ ਪੇਤ ਪਰਿਹਾਲਾਤ ਵਿੱਚ ਲਾਪਤਾ ਹੋ ਗਿਆ ਸੀ ਜਿਸ ਸਬੰਧੀ ਕੇਸ ਦਰਜ ਕੀਤਾ ਗਿਆ ਇਸ ਮਾਮਲੇ ਦੀ ਹੁਣ ਤੱਕ ਹੋਈ ਜਾਂਚ ਦੇ ਆਧਾਰ 'ਤੇ ਅੱਜ ਅਦਾਲਤ ਨੇ ਉਕਤ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਸੂਬਾ ਸਿੰਘ ਨੂੰ ਧਾਰਾ 218 ਵਿੱਚ 3 ਸਾਲ ਅਤੇ ਧਾਰਾ 120B ਵਿੱਚ 2 ਸਾਲ ਦੀ ਕੈਦ ਤੇ ਜੁਰਮਾਨਾ ਅਤੇ ਚਿਰਮਲ ਸਿੰਘ ਨੂੰ ਧਾਰਾ 365 ਵਿੱਚ 5 ਸਾਲ ਧਾਰਾ 344 ਵਿੱਚ 3 ਸਾਲ ਤੇ ਧਾਰਾ 120B ਵਿੱਚ 2 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੇ ਵਿੱਚ ਨਾਮਜ਼ਦ ਤਤਕਾਲੀ ਐਸਐਚਓ ਗੁਰਦੇਵ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਮਿਸਲ ਸ਼ਹੀਦਾਂ ਤਰਨਤਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਗਰਜਨ ਸਿੰਘ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਐਡਵੋਕੇਟ ਤਾਮੀ ਨੇ ਕਿਹਾ ਕਿ ਸਿੱਖ ਵਿਰਾਸਤ ਦੇ ਸਿੱਖ ਸੱਭਿਆਚਾਰ ਦੀ ਸੰਭਾਲ ਲਈ ਨਿਹੰਗ ਸਿੰਘ ਜਥੇਬੰਦੀਆਂ ਦਾ ਵੱਡਾ ਯੋਗਦਾਨ ਹੈ ਉਹਨਾਂ ਨੇ ਕਿਹਾ ਕਿ ਜਥੇਦਾਰ ਬਾਬਾ ਗੱਜਰ ਸਿੰਘ ਖਾਲਸਾ ਵਿਰਾਸਤ ਨੂੰ ਪ੍ਰਚਾਰਨ ਤੇ ਉਭਾਰਨ ਲਈ ਸਦਾ ਯਤਨਸ਼ੀਲ ਰਹੇ ਹਨ ਅਤੇ ਉਹਨਾਂ ਨੇ ਨਿਹੰਗ ਸਿੰਘਾਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅੱਗੇ ਹੋ ਕੇ ਅਹਿਮ ਰੋਲ ਅਦਾ ਕੀਤਾ ਬਾਬਾ ਗੱਜਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦੇ ਆ ਪੰਥਕ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗੇ ਵੱਖ-ਵੱਖ ਸਦੀ ਸਮਾਗਮਾਂ ਅਤੇ ਪੰਥਕ ਕਾਰਜਾਂ ਲਈ ਵੀ ਬਾਬਾ ਜੀ ਦਾ ਵੱਡਾ ਸਹਿਯੋਗ ਰਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਜਥੇਦਾਰ ਬਾਬਾ ਗੱਜਰ ਸਿੰਘ ਜੀ ਦੀ ਅਕਾਲ ਚਲਾਣਾ ਪੰਥਕ ਖੇਤਰ ਵਿੱਚ ਵੱਡਾ ਘਾਟਾ ਹੈ ਐਡਵੋਕੇਟ ਤਾਮੀ ਨੇ ਬਾਬਾ ਜੀ ਦੇ ਚਲਾਨੇ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਹਨਾਂ ਨੂੰ ਸਤਿਕਾਰ ਪੇਟ ਕੀਤਾ ਯੋਗੀ ਦਿੱਤਿਆ ਨਾ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ਨੇ ਵੀਰਵਾਰ ਨੂੰ ਇੱਕ ਜਾਣਕਾਰੀ ਦਿੱਤੀ ਕਿ ਪਿਛਲੇ 6 ਸਾਲਾਂ ਦੇ ਵਿੱਚ ਸੂਬੇ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਾਲੇ 10000 ਤੋਂ ਵੱਧ ਮੁਕਾਬਲੇ ਹੋਏ ਹਨ ਜਿਸ 'ਚ 63 ਅਪਰਾਧੀ ਮਾਰੇ ਗਏ ਹਨ ਸਰਕਾਰ ਵੱਲੋਂ ਜਾਰੀ ਆਂਕੜਿਆਂ ਅਨੁਸਾਰ ਇੱਕ ਮਹਾਨਦਰ ਸਿਪਾਹੀ ਵੀ ਸ਼ਹੀਦ ਹੋ ਗਿਆ ਐਨਕਾਊਂਟਰ ਦੀ ਗਿਣਤੀ ਦੇ ਮਾਮਲੇ ਦੇ ਵਿੱਚ ਮੇਰਟ 2017 ਤੋਂ ਬਾਅਦ ਜੋ ਸੱਤ ਵੱਧ 3152 ਮੁਕਾਬਲਿਆਂ ਨਾਲ ਸੂਬੇ ਦੇ ਵਿੱਚ ਸਿਖਰ ਤੇ ਹੈ ਜਿਸ ਤੋਂ ਬਾਅਦ 36 ਅਪਰਾਧੀ ਮਾਰੇ ਗਏ ਅਤੇ 1708 ਅਪਰਾਧੀ ਜ਼ਖਮੀ ਹੋਏ ਇਸ ਦੌਰਾਨ ਪੁਲਿਸ ਮੁਕਾਬਲੇ ਦੌਰਾਨ ਇੱਕ ਬਹਾਦਰ ਪੁਲਿਸ ਕਰਮੀ ਵੀ ਸ਼ਹੀਦ ਹੋ ਗਿਆ ਜਦਕਿ 401 ਪੁਲਿਸ ਕਰਮੀ ਜ਼ਖਮੀ ਹੋ ਗਏ ਉੱਤਰ ਪ੍ਰਦੇਸ਼ ਪੁਲਿਸ ਦੀ ਕਾਰਵਾਈ ਦੌਰਾਨ ਕੁੱਲ 5967 ਅਪਰਾਧੀਆਂ ਨੂੰ ਫੜਿਆ ਗਿਆ ਉੱਤਰ ਪ੍ਰਦੇਸ਼ ਪੁਲਿਸ ਨੇ 2017 ਦੇ ਬਾਅਦ 1713 ਇਨਕਾਊਂਟਰ ਕੀਤੇ ਜਿਨ੍ਹਾਂ ਚ ਸੱਤ ਵੱਧ 3152 ਮੇਰਟ ਪੁਲਿਸ ਵੱਲੋਂ ਤੇਗੇ ਇਸ ਤੋਂ ਬਾਅਦ ਆਗਰਾ ਪੁਲਿਸ ਨੇ 1844 ਮੁਕਾਬਲਿਆਂ ਨੂੰ ਅੰਜਾਮ ਦਿੱਤਾ ਜਿਸ ਚ 4653 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ 14 ਕੁੰਕਾਰ ਅਪਰਾਧੀ ਮਾਰੇ ਗਏ ਅਤੇ 55 ਪੁਲਿਸ ਵਾਲੇ ਜ਼ਖਮੀ ਹੋ ਗਏ ਮੁਖ ਮੰਤਰੀ yogi ditte nath ਨੇ ਜਿਵੇਂ ਹੀ ਸੂਬੇ ਦੀ ਵਾਕਡੋਰ ਸੰਭਾਲੀ ਸੂਬੇ ਚ ਕਾਨੂੰਨ ਵਿਵਸਥਾ ਦੀ ਸਥਿਤੀ ਚ ਸੁਧਾਰ ਉਹਨਾਂ ਦੀ ਪਹਿਲੀ ਬਣ ਗਈ ਉਨ੍ਹਾਂ ਦੀ ਸਰਕਾਰ ਨੇ ਮਾਫੀਆ ਅਤੇ ਅਪਰਾਧੀਆਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਅਤੇ ਸੂਬੇ ਦੇ ਕਾਨੂੰਨ ਨੂੰ ਮਜ਼ਬੂਤ ਕਰਨ ਲਈ ਅਜਿਹੇ ਤੱਤਾਂ ਅਤੇ ਕਾਰਵਾਈ ਤੇਜ਼ ਕਰ ਦਿੱਤੀ। ਉਪਲਬਧਾ ਅੰਕੜਿਆਂ ਅਨੁਸਾਰ ਪਿਛਲੇ 6 ਸਾਲਾਂ ਚ ਸੂਬੇ ਚ 10000 ਤੋਂ ਜ਼ਿਆਦਾ ਅਪਰਾਧੀਆਂ ਦੇ ਐਨਕਾਊਂਟਰ ਹੋਏ ਹਨ। ਗੋਆ ਪੁਲਿਸ ਨੇ ਲੋਰੈਂਸ ਬਿਸ਼ਨੋਏ ਗ੍ਰੋਹ ਦੇ 1 ਦਸੰਬਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਰਾਜਸਥਾਨ ਦੇ ਵਿੱਚ ਹੋਈ ਲੁੱਟ ਦੀ ਘਟਨਾ ਵਿੱਚ ਲੋੜਿੰਦਾ ਸੀ ਗ੍ਰਿਫਤਾਰ ਕੀਤਾ ਮੁਲਜ਼ਮ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਮੰਦੋਰ ਦਾ ਵਸਨੀਕ ਹੈ ਉਸ ਨੂੰ ਗੋਆ ਦੀ ਪੰਜੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੋਧਪੁਰ ਜ਼ਿਲ੍ਹੇ ਦੇ ਸਦਰਪੁਰਾ ਥਾਣੇ ਦੀ ਪੁਲਿਸ ਨੇ ਮੁਲਜ਼ਮ ਦੇ ਟਿਕਾਣੇ ਬਾਰੇ ਪੰਜੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਮਗਰੋਂ ਉਸ ਦੀ ਗ੍ਰਿਫਤਾਰੀ ਸੰਭਵ ਹੋ ਸਕੇ ਰਾਜਸਥਾਨ ਪੁਲਿਸ ਵੱਲੋਂ ਦਰਜ ਕੀਤੇ ਕੇਸ ਅਨੁਸਾਰ ਮੁਲਜ਼ਮ ਤੇ ਉਸ ਦੇ ਸਾਥੀਆਂ ਤੇ ਦੋਸ਼ ਹੈ ਕਿ ਉਹਨਾਂ ਨੇ 4 ਮਾਰਚ ਨੂੰ ਰਾਜਸਥਾਨ ਵਿੱਚ ਜੈਸਰ ਰਾਮ ਨੂੰ ਉਸਦੇ ਹੀ ਆਫਿਸ ਵਿੱਚ ਲੁੱਟਿਆ ਸੀ ਇਸ ਮਗਰੋਂ ਮੁਲਜ਼ਮ ਫਰਾਰ ਹੋ ਗਏ ਸਨ ਗੋਆ ਪੁਲਿਸ ਅਨੁਸਾਰ ਲਾਰੈਂਸ ਬਿਸ਼ਨੋਏ ਗ੍ਰੋ ਦੇ ਕਾਬੂ ਕੀਤੇ ਮੈਂਬਰ ਨੂੰ ਛੇਤੀ ਹੀ ਰਾਜਸਥਾਨ ਪੁਲਿਸ ਹਵਾਲੇ ਕੀਤਾ ਜਾਵੇਗਾ 22 ਮਾਰਚ ਨੂੰ SYL ਮਾਮਲੇ ਤੇ ਅਗਲਾ ਫੈਸਲਾ ਸੁਣਾ ਸਕਦੀ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਵੱਲੋਂ ਲੰਗੇ ਕੱਲ ਸੁਪਰੀਮ ਕੋਰਟ ਦائر ਹਲਫਿਆ ਬਿਆਨ 'ਚ ਇਸ ਵਿਵਾਦਿਤ ਮੁੱਦੇ ਸੰਬੰਧੀ ਦੋਵਾਂ ਸੂਬਿਆਂ ਵੱਲੋਂ ਗੱਲਬਾਤ ਦੇ ਰਾਹ ਖੁੱਲੇ ਰੱਖੇ ਜਾਣ ਦੀ ਗੱਲ ਵੀ ਕਹੀ ਗਈ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਉਹਨਾਂ ਦੇ ਸੋਹਰਦ ਯਤਨ ਇਸ ਮੁੱਦੇ ਤੇ ਗੱਲਬਾਤ ਲਈ ਜਾਰੀ ਰਹਿਣਗੇ ਵਿਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਪੇਸ਼ ਰਿਪੋਰਟ 'ਚ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਸਤਲੁਜ-ਜਮੁਨਾ ਲਿੰਕ ਨਹਿਰ ਦੇ ਮਾਮਲੇ ਤੇ ਕੀਤੀਆਂ ਮੀਟਿੰਗਾਂ ਦੇ ਸਿੱਟੇ ਤੋਂ ਜਾਣੂ ਕਰਾਇਆ ਹੈ। ਰਿਪੋਰਟ 'ਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹੁਣ ਸਤਲੁਜ-ਜਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮਾਮਲੇ ਤੇ ਪਵਿੱਕ 'ਚ ਇਸ ਦੇ ਕਾਰਜਸ਼ੀਲ ਹੱਲ ਲਈ ਵਿਚਾਰ ਵੰਟਾਦਰੇ ਵਾਸਤੇ ਸਹਿਮਤ ਹੋ ਗਏ ਹਨ। ਜੇਤੇ ਰਹੇ ਕਿ ਸੁਪਰੀਮ ਕੋਰਟ ਨੇ 6 ਸਤੰਬਰ 2022 ਨੂੰ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੂੰ S Y L ਦੇ ਮਾਮਲੇ ਤੇ ਦੋਵਾਂ ਸੂਬਿਆਂ ਨਾਲ ਆਪਸੀ ਗੱਲਬਾਤ ਕਰਾਉਣ ਅਤੇ ਉਸ ਦੀ ਪ੍ਰਗਤੀ ਰਿਪੋਰਟ 4 ਮਹੀਨਿਆਂ ਦੇ ਵਿੱਚ ਪੇਸ਼ ਕਰਨ ਦੀ ਹਦਾਇਤ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਰ لال ਘੱਟਣ ਨੇ 14 ਅਕਤੂਬਰ 2022 ਚੰਡੀਗੜ੍ਹ ਵਿੱਚ ਇਸ ਬਾਰੇ ਮੀਟਿੰਗ ਵੀ ਕੀਤੀ ਸੀ ਜੋ ਬੇਸਿੱਟਾ ਰਹੀ ਇਸ ਮਗਰੋਂ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ਕਾਵਤ ਦੀ ਪ੍ਰਦਾਨਗੀ ਹੇਠ 4 ਜਨਵਰੀ ਨੂੰ ਦਿੱਲੀ ਵਿੱਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸੀ ਇਨ੍ਹਾਂ ਮੀਟਿੰਗਾਂ ਦੀ ਤਰਤੀਬ ਹੁਣ ਸੁਪਰੀਮ ਕੋਰਟ ਵਿੱਚ ਰੱਖੀ ਗਈ ਹੈ ਕੇਂਦਰ ਸਰਕਾਰ ਨੇ ਸੀਨੀਅਰ ਸਹਿਯੁਕਤ ਕਮਿਸ਼ਨਰ ਨੇ ਸੁਪਰੀਮ ਕੋਰਟ 'ਚ ਹਲਫੀਆ ਬਿਆਨ ਦਾਇਰ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਸਤਲੁਜ ਦਰਿਆ ਵਿੱਚ ਤਾਂ ਪਹਿਲਾਂ ਹੀ ਪਾਣੀ ਮੁੱਕਿਆ ਹੋਇਆ ਹੈ ਜਿਸ ਕਰਕੇ ਇਸ ਤੋਂ ਇੱਕ ਤੁਪਕਾ ਵੀ ਦੇਣ ਦਾ ਸਵਾਲ ਪੈਦਾ ਨਹੀਂ ਹੁੰਦਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵੇਲੇ ਹਰਿਆਣਾ ਨੂੰ ਪੰਜਾਬ ਨਾਲੋਂ ਵੱਧ ਪਾਣੀ ਮਿਲ ਰਿਹਾ ਹੈ ਅਤੇ ਹੁਣ ਪੰਜਾਬ ਦੀ ਕੀਮਤ ਉੱਤੇ ਹੋਰ ਪਾਣੀ ਮੰਗਿਆ ਜਾ ਰਿਹਾ ਹੈ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ SBYL ਦੇ ਮੁੱਦੇ ਨੂੰ ਏਜੰਡੇ ਤੇ ਲਿਆਉਣ ਲਈ ਪੰਜਾਬ ਤਿਆਰ ਨਹੀਂ ਹੈ ਅਤੇ ਸਿਰਫ ਪਾਣੀ ਦੀ ਉਪਲਬਧਤਾ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਜੇਲ੍ਹਾਂ ਹੁਣ ਨੱਕੋ ਨੱਕ ਪਰ ਗਈਆਂ ਹਨ ਬੰਦੀਆਂ ਲਈ ਹੁਣ ਕਈ ਜੇਲ੍ਹਾਂ ਦੇ ਵਿੱਚ ਪੈਰ ਰੱਖਣ ਲਈ ਥਾਂ ਨਹੀਂ ਹੈ ਜੇਲ੍ਹਾਂ ਦੇ ਵਿੱਚ ਸਮਰੱਥਾ ਘੱਟ ਹੈ ਜਦ ਤੱਕ ਬੰਦੀਆਂ ਦੀ ਕਮਸ ਵੱਧ ਗਈ ਹੈ ਵੱਡੀ ਗਿਣਤੀ ਵਿਚਾਰ ਅਧੀਨ ਬੰਦੀਆਂ ਦੀ ਹੈ ਅੱਗੇ ਗਰਮੀ ਦਾ ਮੌਸਮ ਹੈ ਤੇ ਜੇਲ੍ਹਾਂ ਦੇ ਵਿੱਚ ਸਮਰੱਥਤਾ ਤੋਂ ਵੱਧ ਬੰਦੀਆਂ ਹਨ ਸਰਕਾਰ ਨੂੰ ਨਵੀਆਂ ਮੁਸ਼ਕਲਾਂ ਦੇ ਚੁਣੌਤੀਆਂ ਨਾਲ ਜੱਟਣਾ ਪੈਣਾ ਹੈ ਪੰਜਾਬ ਵਿੱਚ 25 ਜੇਲਾ ਹਨ ਜਿਨ੍ਹਾਂ ਦੀ ਸਮਰੱਥਾ ਕੁੱਲ 26904 ਬੰਦੀਆਂ ਦੀ ਹੈ ਜਦਕਿ ਮੌਜੂਦਾ ਸਮੇਂ ਦੇ ਵਿੱਚ ਇਨ੍ਹਾਂ ਜੇਲਾ ਦੇ ਵਿੱਚ 30777 ਬੰਦੀ ਹਨ ਆਪ ਸਰਕਾਰ ਦੇ ਇੱਕ ਬਰੇ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਨਸ਼ਾ ਦੀ ਤਸਕਰੀ ਖਿਲਾਫ 13094 ਪੁਲਿਸ ਕੇਸ ਦਰਜ ਕਰਕੇ 17560 ਸਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇਲਾ ਦੇ ਵਿੱਚ 85 ਫੀਸ ਦੀ ਕੈਦੀਆਂ ਦੀ ਉਮਰ 40 ਸਾਲ ਤੋਂ ਘੱਟ ਹੈ ਇਹਨਾਂ ਦਾ ਆંકੜਾ 25853 ਬੰਦਾ ਹੈ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਕਰੀਬ 3570 ਬੰਦੀ ਸਮਰੱਥਾ ਤੋਂ ਵੱਧ ਹਨ ਇੱਕ ਇੱਕ ਬੈਰਕ ਦੇ ਵਿੱਚ ਸਮਰੱਥਾ ਤੋਂ ਦੁੱਗਣੀ ਗਿਣਤੀ ਦੇ ਵਿੱਚ ਬੰਦੀ ਬੰਦ ਕੀਤੇ ਗਏ ਹਨ ਵੱਡੀ ਗਿਣਤੀ ਜ਼ਿਲ੍ਹਿਆਂ ਦੇ ਵਿੱਚ ਵਿਚਾਰ ਅਧਿਨ ਕੈਦੀਆਂ ਦੀ ਹੈ ਜੋ ਕਿ 24529 ਬੰਦੇ ਹਨ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ 1511 ਔਰਤਾਂ ਅਤੇ 28957 ਪੁਰਸ਼ ਬੰਦ ਹਨ ਕਪੂਰਥਲਾ ਲੁਧਿਆਣਾ ਪਟਿਆਲਾ ਸੰਗਰੂਰ ਰੋਪੜ ਟੈਂਬ੍ਰਿਸਨ ਜੇਲ੍ਹ ਦੇ ਵਿੱਚ ਸਮਰੱਥਾ ਤੋਂ ਕਿਤੇ ਵੱਧ ਬੰਦੀ ਹਨ ਕੁਝ ਸਮਾਂ ਪਹਿਲਾਂ ਹੀ ਗੋਇੰਦਵਾਲ ਜੇਲ੍ਹ ਸ਼ੁਰੂ ਹੋਈ ਹੈ ਜਿੱਥੇ ਇਸ ਵੇਲੇ 1643 ਬੰਦੀ ਹਨ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚ 4354 ਬੰਦੀ ਹਨ ਜਿਨ੍ਹਾਂ ਚੋਂ 3590 ਵਿਚਾਰ ਅਧੀਨ ਬੰਦੀ ਹਨ ਅਤੇ ਕਪੂਰਥਾ ਜੇਲ੍ਹ ਦੇ ਵਿੱਚ 5740 ਬੰਦੀ ਹਨ ਬੰਦੀਆਂ ਜੋ 1980 ਵਿਚਾਰ ਅਧਿਨ ਬੰਦੀ ਹਨ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀ ਆਖਦੇ ਹਨ ਕਿ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰ ਵੱਡੀ ਗਿਣਤੀ 'ਚ ਫੜੇ ਗਏ ਹਨ ਜਿਸ ਕਰਕੇ ਗਿਣਤੀ ਵਧੀ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨਸ਼ਰ ਹੋਣ ਤੋਂ ਪੰਜਾਬ ਦੀਆਂ ਜ਼ਿਲਾ ਮੁੜ ਚਰਚਾ ਦੇ ਵਿੱਚ ਹਨ ਅਤੇ 26 ਫਰਵਰੀ ਨੂੰ ਗੋਇੰਦਵਾਲ ਜੇਲ੍ਹ ਵਿੱਚ ਦੋ ਗੈਂਗਸਟਰ ਦਾ ਕਤਲ ਹੋਣ ਦੇ ਵੀ ਜੇਲ੍ਹ ਵਿਭਾਗ ਵਿਵਾਦਾਂ ਦੇ ਵਿੱਚ ਕਿਰਿਆ ਹੋਇਆ ਹੈ ਇਸ ਵੇਲੇ ਕਈ ਜ਼ਿਲਾ ਦੇ ਵਿੱਚ ਬੰਦੀਆਂ ਨੂੰ ਸਾਹ ਨਹੀਂ ਆ ਰਿਹਾ ਸੂਤਰ ਦੱਸਦੇ ਹਨ ਕਿ ਜੇਲ੍ਹਾਂ ਦੇ ਵਿੱਚ ਬਹੁਤੇ ਬੰਦੇ ਤਾਂ ਛੋਟੇ-ਮੋਟੇ ਜ਼ੁਰਮਾਂ ਵਾਲੇ ਹਨ ਮੁੱਖ ਮੰਤਰੀ ਭਗਵੰਤ ਮਾਨ ਆਖ ਰਹੇ ਹਨ ਕਿ ਹੁਣ ਜੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਕਰ ਬਣਾਉਣਾ ਚਾਹੁੰਦੇ ਹਨ ਦੇਸ਼ ਦੇ ਵਿੱਚ ਇਸ ਵੇਲੇ 5.79 ਲੱਖ ਕੁੱਲ ਬੰਦੀ ਜੇਲ੍ਹ ਦੇ ਵਿੱਚ ਬੰਦ ਹਨ ਮੁਲਕ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਉੱਤਰ ਪ੍ਰਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦੀ ਹਨ ਮਾਨਸਾ ਦੇ ਨੇੜਲੇ ਪਿੰਡ ਕੋਟਲੀ ਕਲਾਂ ਵਿੱਚ 6 ਸਾਲਾ ਦੇ ਬੱਚੇ ਹਰਉਦੇ ਵੀਰ ਸਿੰਘ ਦੀ ਬੁਲੇਟ ਮੋਟਰਸਾਈਕਲ ਸਵਾਰ ਦੋ ਜਾਨਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਾਨਸਾ ਦੇ ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਰਾਤ 10 ਵਜੇ ਕੋਟਲੀ ਕਲਾਂ ਦੇ ਜਸਪ੍ਰੀਤ ਸਿੰਘ ਆਪਣੇ ਪੁੱਤਰ ਹਰਿਉਦ ਵੀਰ ਸਿੰਘ ਅਤੇ ਬੇਟੀ ਨਵਸੀਰਤ ਕੌਰ ਨਾਲ ਗਲੀ ਜੋ ਲੰਘ ਕੇ ਆਪਣੇ ਘਰ ਜਾ ਰਹੇ ਸਨ ਕਿ ਅਚਾਨਕ ਹੀ ਦੋ ਜਾਨੇ ਬੁਲੇਟ ਮੋਟਰਸਾਈਕਲ ਉੱਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਉਹਨਾਂ ਨੇ ਦੱਸਿਆ ਕਿ ਗੋਲੀਆਂ ਚਲਾਉਣ ਦੌਰਾਨ ਬੱਚੇ ਹਰਉਦੇ ਵੀਰ ਸਿੰਘ ਗੰਬੀਰ ਵੀ ਹੋ ਗਿਆ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗੋਲੀਆਂ ਨਾਲ ਬੇਟੀ ਨਵਸਿਰਤ ਕੋਰ ਵੀ ਜ਼ਖਮੀ ਹੋਈ ਹੈ ਪਰ ਉਸ ਦੀ ਹਾਲਤ ਫਿਲਹਾਲ ਬਿਲਕੁਲ ਠੀਕ ਦੱਸੀ ਜਾਂਦੀ ਹੈ ਪੁਲਿਸ ਅਨੁਸਾਰ ਜਵਾਬਦਾ ਹੈ ਕਿ ਗੋਲੀਆਂ ਜਸਪੀ ਸਿੰਘ ਉੱਤੇ ਚਲਾਈਆਂ ਹੋ ਸਕਦੀਆਂ ਹਨ ਪਰ ਉਸ ਦਾ ਸ਼ਿਕਾਰ 6 ਸਾਲਾ ਦਾ ਮਾਸੂਮ ਹੋ ਗਿਆ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਇਲਾਕੇ ਵਿੱਚ ਨਾਕੇਬੰਦੀ ਤੇਜ਼ ਕਰ ਦਿੱਤੀ ਗਈ ਅੰਤਰਜਾਤੀ ਵਿਆਹ ਤੈ ਹੋਣ ਤੋਂ ਬਾਅਦ ਰੰਗ ਵਿੱਚ ਪੰਗ ਪੈ ਗਿਆ ਜਦੋਂ ਸ਼ਗਨਾ ਦਾ ਚੂੜਾ ਪਾ ਕੇ ਵੋਟੀ ਦੇ ਲਿਬਾਜ਼ ਦੇ ਵਿੱਚ ਕੁੜੀ ਆਪਣੇ ਪਰਿਵਾਰ ਨਾਲ ਮਲੋਟ ਦੇ ਇੱਕ ਪੈਲਸ ਵਿੱਚ ਬਰਾਤ ਉਡੀਕਦੀ ਰਹਿ ਗਈ ਪਰ ਬਰਾਤ ਨਹੀਂ ਪੁੱਜੀ ਉਧਰ ਮੁੰਡੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਵਾਲੇ ਨੇ ਦਿਨ ਕੁੜੀ ਤੇ ਮੁੰਡੇ ਵਿੱਚ ਫੋਨ ਤੇ ਤਕਰਾਰ ਹੋਣ ਤੋਂ ਬਾਅਦ ਮੁੰਡਾ ਘਰ ਛੱਡ ਕੇ ਚਲਾ ਗਿਆ ਜਿਸ ਕਰਕੇ ਪਰਿਵਾਰ ਪਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ ਦੋਹਾਂ ਪਰਿਵਾਰਾਂ ਨੇ ਸਿੱਟੀ ਥਾਣੇ ਵਿੱਚ ਇੱਕ ਦੂਜੇ ਖਿਲਾਫ ਸ਼ਿਕਾਇਤ ਕੀਤੀ ਜਾਣਕਾਰੀ ਅਨੁਸਾਰ ਮਲੌਰ ਦੇ ਐਸੀ ਪਰਿਵਾਰ ਦੀ ਕੁੜੀ ਅਤੇ ਆਰ ਐਮ ਪੀ ਡਾਕਟਰ ਰੰਤੇਰ ਕੁਮਾਰ ਦੇ ਮੁੰਡੇ ਸਾਗਰ ਸਚਦੇਵਾ ਦੀ 6 ਮਹੀਨੇ ਪਹਿਲਾਂ ਮੰਗਣੀ ਹੋਈ ਸੀ 14 ਮਾਰਚ ਰਾਤ ਨੂੰ ਇੱਕ ਪੈਲਸ ਵਿੱਚ ਵਿਆਹ ਸੀ ਜਿੱਥੇ ਬਰਾਤ ਨਹੀਂ ਪੁੱਜੀ ਸਿੱਟੀ ਥਾਣੇ ਦਿੱਤੀ ਦਰਖਾਸਤ ਵਿੱਚ ਕੁੜੀ ਨੇ ਇਲਜ਼ਾਮ ਲਾਇਆ ਕਿ ਮੁੰਡੇ ਦੇ ਪਰਿਵਾਰ ਨੇ ਉਹਨਾਂ ਨੂੰ ਉਹਨਾਂ ਤੋਂ ਦਾਜ ਮੰਗਿਆ ਸੀ ਉਹ ਮੰਗ ਪੂਰੀ ਨਹੀਂ ਕਰ ਸਕੇ ਜਿਸ ਕਰਕੇ ਬਰਾਤ ਨਹੀਂ ਆਈ ਉਥੇ ਮੁੰਡੇ ਦੇ ਪਿਤਾ ਰੰਤੇਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਹਨਾਂ ਵੱਲੋਂ ਵਿਆਹ ਦੀ ਪੂਰੀ ਤਿਆਰੀ ਸੀ 12 ਮਾਰਚ ਨੂੰ ਅਖੰਡ ਪਾਠ ਦਾ ਭੋਗ ਪਾਇਆ ਸੀ ਅਤੇ 15 ਮਾਰਚ ਨੂੰ ਉਹਨਾਂ ਦੇ ਵਿੱਚ ਇੱਕ ਵੱਡੇ ਪੈਲਸ ਵਿੱਚ ਰਿਸ਼ਤ ਅੱਖਰ ਰੱਖੇ ਸੀ ਪਰ ਕੁੜੀ ਦੇ ਪਰਿਵਾਰ ਦਾ ਕੋਈ ਮੈਂਬਰ ਪੋਕ ਤੇ ਨਹੀਂ ਪੁੱਜਾ ਨਾ ਹੀ ਉਹਨਾਂ ਦਾ ਸਾਡਾ ਫੋਨ ਚੁੱਕਿਆ ਵਿਆਹ ਵਾਲੇ ਦਿਨ ਮੁੰਡੇ ਦੇ ਫੋਨ ਤੇ ਕੁੜੀ ਨਾਲ ਤਕਰਾਰ ਹੋਈ ਜਿਸ ਤੋਂ ਬਾਅਦ ਮੁੰਡਾ ਕਾਰ ਛੱਡ ਕੇ ਚਲਾ ਗਿਆ ਉਹਨਾਂ ਵੱਲੋਂ ਮੁੰਡੇ ਦੀ ਪਾਲ ਕੀਤੀ ਜਾ ਰਹੀ ਹੈ ਮੋਹਾਲੀ ਪੰਚਕੁਲਾ ਅਤੇ ਚੰਡੀਗੜ੍ਹ ਚ ਮੈਟਰੋ ਚਲਾਉਣ ਦੀ ਸਿਧਾਂਤਕ ਮਨਜ਼ੂਰੀ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਤੋਂ ਮਿਲ ਗਈ ਹੈ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਦੀ ਅਗਵਾਈ ਦੇ ਵਿੱਚ ਵੀਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੰਜਾਬ ਦੀ ਮੰਤਰੀ ਅਨਮੋਲ ਗਗਨ ਮਾਨ ਸਮੇਤ ਦੋਹਾਂ ਸੂਬਿਆਂ ਦੇ ਮੁਖ ਸਕੱਤਰ ਅਤੇ ਹੋਰਾਂ ਦੀ ਉੱਚ ਪੱਧਰੀ ਬੈਠਕ ਹੋਈ ਇਸ ਦੌਰਾਨ ਸਾਰਿਆਂ ਨੇ ਟਰਾਈ ਸਿਟੀ ਚ ਮੈਟਰੋ ਚਲਾਉਣ ਦੀ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਹਾਲਾਂਕਿ ਹਰਿਆਣਾ ਨੇ ਮੈਟਰੋ ਸਟੇਸ਼ਨ ਨੂੰ ਲੈ ਕੇ ਕਈ ਸੁਝਾਅ ਦਿੱਤੇ ਹਨ ਅਤੇ ਪੰਜਾਬ ਨੇ ਇੱਕ ਹਫਤੇ ਸਵਮੰਗਿਆ ਹੈ ਇਸ ਤੋਂ ਬਾਅਦ ਰਿਪੋਰਟ ਨੂੰ ਅੰਤਿਮ ਮਨਜ਼ੂਰੀ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੂੰ ਭੇਜਿਆ ਜਾਵੇਗਾ ਮੁੱਖ ਮੰਤਰੀ ਮਨੋਹਰ ਲਾਲ ਨੇ ਬੈਠਕ ਦੇ ਵਿੱਚ ਸੁਝਾਅ ਦਿੱਤੇ ਕਿ ਮੈਟਰੋ ਰਾਹੀ ਜ਼ਿਰਕਪੁਰ ਨੂੰ ਪਿੰਜੌਰ ਕਲਕਾ ਤੱਕ ਜੋੜਿਆ ਜਾਵੇ ਤਾਂ ਜੋ ਚੰਡੀਗੜ੍ਹ ਆਉਣ ਵਾਲਿਆਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਮਿਲੇ ਚੰਡੀਗੜ੍ਹ ਤੋਂ ਪਿੰਜੌਰ ਕਲਕਾ ਨੂੰ ਵੀ ਜੋੜਨ ਦੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮੈਟਰੋ ਦੇ ਵਿਸਤਾਰ ਚ ਖੱਗਰ ਨਦੀ ਅਤੇ ਨਵੇਂ ਪੰਚਕੁਲਾ ਦੇ ਇਲਾਕਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਇਸ ਲਈ ਮੈਟਰੋ ਦੇ ਪਹਿਲੇ ਫੇਸ 'ਚ ਇਹ ਸਾਰੇ ਰੂਟ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਸਿਵਲ ਸਕੱਤਰ ਵਿਧਾਨ ਸਭਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੀਜੀਆਈ ਅਤੇ 에어ਪੋਰਟ ਵਰਗੀਆਂ ਮਹੱਤਵਪੂਰਨ ਥਾਵਾਂ ਤੇ ਨਾਗਰਿਕਾਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ ਇਹਨਾਂ ਇਹਨਾਂ ਥਾਵਾਂ ਨੂੰ ਵੀ ਮੈਟਰੋ ਨਾਲ ਜੋੜਿਆ ਜਾਵੇਗਾ ਤਾਂ ਆਮ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਵੀ ਵੱਡੀ ਰਾਹਤ ਮਿਲੇਗੀ ਇਹ ਸੰਸ ਦੇਸ਼ ਵਿਦੇਸ਼ ਦੀਆਂ ਕੁਝ ਮੁਖਬਰਾਂ ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਏ ਟੀਵੀ ਦੇ ਨਾਲ